ਜਿੱਦਾਂ ਸਾਰਿਆਂ ਦੀ ਜਿੱਦਾਂ ਉੱਤੇ ਚਰਚਾ ਕੀਤੀ, ਜਿੰਨੇ ਵੀ ਲੀਡਰ ਆ, ਜੇ ਬਣਾਉਣਾ ਹੋਵੇ ਕਿਸੇ ਨੂੰ ਸੀਐਮ ਤੁਹਾਡੇ ਹੱਥ ਵਿੱਚ ਹੋਵੇ ਤਾਂ ਤੁਸੀਂ ਕਿਹਨੂੰ ਬਣਾਓਗੇ? ਤੁਸੀਂ ਤਾਂ ਉਹ ਗੱਲ ਕਰਤੀ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਣਾ। ਇੱਕ ਨਾ ਪਿੰਡ ਦੇ ਵਿੱਚ ਇੱਕ ਸਰਪੰਚ ਲਗਾਤਾਰ ਹੀ ਬਣਦੇ ਰਹਿੰਦੇ ਨਾ, ਜਿੱਥੇ ਜਾਓ ਜਿਹੜੇ ਗੁਰਦੁਆਰੇ 'ਚ ਵੀ ਜਾਓ ਉੱਥੇ ਵੀ ਉਹੀ ਪ੍ਰਧਾਨ, ਕਬੱਡੀਆਂ 'ਚ ਵੀ ਉਹੀ ਪ੍ਰਧਾਨ, ਇੱਥੇ ਵੀ ਇੱਦਾਂ ਹੀ ਹੁੰਦੀ ਆ, ਹਰੇਕ ਤਾਂ ਹਰੇਕ ਚੀਜ਼ ਦਾ ਉਹੀ ਪ੍ਰਧਾਨ। ਅਤੇ ਉਹ ਨਾ ਪਿੰਡ ਦੇ ਜਿਹੜੇ ਨੌਜਵਾਨ ਸੀ ਨਾ, ਉਹਨਾਂ ਨੇ ਸਲਾਹ ਕੀਤੀ, ਕਹਿੰਦੇ ਯਾਰ ਐਤਕੀ ਨਾ ਸਰਪੰਚ ਬਦਲਣਾ। ਤੁਸੀਂ ਪਹਿਲੇ ਹੱਸਣ ਲੱਗ ਗਏ, ਕਹਿੰਦੇ ਵੀ ਸਰਪੰਚ, ਕਹਿੰਦੇ ਵੀ ਕਹਿੰਦੇ ਯਾਰ ਕਿੱਦਾਂ ਬਦਲਿਆ ਜਾਵੇ, ਸਰਬਸੰਮਤੀ ਹੁੰਦੀ ਆ ਸਾਡੇ ਪਿੰਡ ਦੀ, ਸਰਬਸੰਮਤੀ ਕਰਨੀ ਕਿੱਦਾਂ ਬਦਲਿਆ ਜਾਵੇ ਸਰਪੰਚ। ਉਹਨਾਂ ਦੇ ਵਿੱਚ ਇੱਕ ਸਿਆਣਾ ਬੰਦਾ ਸੀ, ਉਹ ਕਹਿੰਦਾ ਏਦਾਂ ਕਰੋ ਬਈ, ਦੇਖੋ ਆਪਾਂ ਇੱਕ ਲਿਆਉਣੇ ਹਾਰ ਫੁੱਲਾਂ ਦਾ, ਤੇ ਉਹ ਆਪਾਂ ਕਵਾਂਗੇ ਬਈ ਉਹ ਜਿਹੜਾ ਮੌਜੂਦਾ ਸਰਪੰਚ ਹੈ ਨਾ ਉਹਨੂੰ ਕਵਾਂਗੇ ਭਾਈ, ਉਹਨੂੰ ਹੀ ਹਾਰ ਦੇ ਦੇਣਾ ਵੀ ਤੂੰ ਏਦਾਂ ਕਰ, ਜਿਹੜਾ ਤੈਨੂੰ ਸਾਰਿਆਂ ਨਾਲੋਂ ਕਾਬਲ ਬੰਦਾ ਲੱਗਦਾ ਆ, ਹੋਣਹਾਰ ਬੰਦਾ ਲੱਗਦਾ, ਤੂੰ ਉਹਦੇ ਗਲ ਚ ਪਾ ਦੇ ਉਹ ਸਰਪੰਚ ਐਤਕੀ, ਉਹਨੂੰ ਹੀ ਹਾਰ ਦੇ ਦੇਣਾ, ਫਿਰ ਉਹ ਤਾਂ ਜੀਰੋ ਹੋ ਗਿਆ ਨਾ। ਉਹਨੇ ਜਾਣੀ ਕਿ ਸਾਰੇ ਪਿੰਡ ਨੇ ਇਹ ਘਾੜਤ ਘੜੀ ਉਹ ਸੀ, ਤੇ ਸਰਬਸੰਮਤੀ ਦੀ ਗੱਲ ਸ਼ੁਰੂ ਹੋ ਗਈ, ਤੇ ਕਹਿੰਦੇ ਜੀ ਐਤਕੀ ਨਾ ਕੋਈ ਨੌਜਵਾਨ ਚਾਹੀਦਾ ਆ, ਕੋਈ ਪੜ੍ਹਿਆ ਲਿਖਿਆ ਚਾਹੀਦਾ ਆ, ਕੋਈ ਹੋਣਹਾਰ ਚਾਹੀਦਾ, ਗੱਲਕਾਰ ਚਾਹੀਦਾ, ਬੜੇ ਬੜੇ ਗੁਣ ਗਣਾਏ, ਕਹਿੰਦੇ ਇਹ ਸਾਰੇ ਗੁਣ ਵਾਲਾ ਸਰਪੰਚ ਚਾਹੀਦਾ, ਤੇ ਆਹ ਲਓ ਜੀ ਸਰਪੰਚ ਸਾਹਿਬ ਤੁਸੀਂ ਸਿਆਣੇ ਬੰਦੇ ਹੋ, ਤੇ ਏਦਾਂ ਕਰੋ ਤੁਹਾਨੂੰ ਜਿਹੜਾ ਵੀ ਇੱਥੇ ਜਿੰਨੇ ਬੈਠੇ ਇਹਨਾਂ 'ਚੋਂ ਕੋਈ ਮਤਲਬ ਸਭਾ ਦੇ ਵਿੱਚੋਂ ਇਹ ਗੁਣਾਂ ਵਾਲਾ ਬੰਦਾ ਲੱਗਦਾ ਆ, ਉਹਦੇ ਗੱਲ 'ਚ ਤੁਸੀਂ ਹਾਰ ਪਾ ਦੇ, ਉਹੀ ਸਾਡਾ ਸਰਪੰਚ ਹੋਊਗਾ। ਹਾਂਜੀ, ਉਹਨੂੰ ਸਮਝ ਆ ਜਾਂਦੀ ਭਾਈ ਅੱਜ ਮੁਰਗਾ ਬਣੇਗਾ। ਤੇ ਕਹਿੰਦਾ ਯਾਰ ਇਹ ਤਾਂ ਮੈਂ ਧਰਮ ਸੰਕਟ 'ਚ ਪੈ ਗਿਆ, ਵੀ ਇਹ ਤਾਂ ਮੈਨੂੰ ਲਾਉਣ ਦੀਆਂ ਸਕੀਮਾਂ ਆ। ਹਾਂਜੀ, ਉਹ ਏਦਾਂ ਹਾਰ ਲੈ ਕੇ ਹਾਰ ਵਾਲਾ ਏਦਾਂ ਦੇਖਦਾ ਰਹਿੰਦਾ ਬੈਠਾ, ਐਂ ਕਰਦਾ ਰਹਿੰਦਾ, ਤੇ ਬਾਕੀ ਸਾਰੇ ਵੀ ਦੇਖਦੇ ਰਹਿੰਦੇ ਵੀ ਹੁਣ ਪਤਾ ਨੀ ਹੁਣ ਫਸਿਆ। ਅਖੀਰ ਨੂੰ ਕਹਿੰਦਾ ਵੀ ਦੇਖੋ ਵੀ ਜਿੰਨੇ ਤੁਸੀਂ ਗੁਣ ਗੁਣਾਏ ਆ ਇਹ ਸਾਰੇ ਹੋਣੇ ਚਾਹੀਦੇ ਇੱਕ ਸਰਪੰਚ ਦੇ ਵਿੱਚ। ਮੈਂ ਕਹਿੰਦਾ ਨਿਗਾਹ ਮਾਰਦਾ ਆਲੇ ਦੁਆਲੇ ਸਾਰਿਆਂ ਦੇ ਵਿੱਚ ਵੀ ਇਹਨਾਂ ਦੇ ਵਿੱਚੋਂ ਸਾਰਿਆਂ ਚੋਂ ਸਿਰਫ ਇੱਕ ਬੰਦਾ ਹੀ ਇਹਨਾਂ ਗੁਣਾਂ ਦਾ ਧਾਰਨੀ ਆ, ਇੱਕ ਬੰਦਾ ਹੀ ਕਾਬਲ ਹੈ, ਤੇ ਉਹ ਹੈਗਾ ਸੰਗਤ ਜੀ ਮੈਂ ਆਪਣੇ ਹੱਥ ਪਾ। ਸੋ ਇਹ ਜਿਹੜੀ ਗੱਲ ਹੋਣੀ ਹੈ ਗੱਲ ਇੱਥੇ ਆ ਕੇ ਮੁੱਕਣੀ ਹੈ, ਇਹ ਜਿਹੜਾ ਹਾਰ ਹੈ ਸੁਖਬੀਰ ਬਾਦਲ ਨੇ ਆਪਣੇ ਹੀ ਪਾਉਣਾ ਹੈ ਮੁੜ ਕੇ। ਉਹ ਜਿਹਦੀ ਗੱਲ ਹੈ ਮੇਰੇ ਖਿਆਲ ਦੇ ਵਿੱਚ ਮੇਰੇ, ਮੈਂ ਜੇ ਮੈਨੂੰ ਇਹ ਆਪਸ਼ਨ ਦਿੱਤੀ ਜਾਵੇ ਨਾ ਤੁਸੀਂ ਜਾ ਕੇ ਹਾਰ ਫੜਾ ਦਿੱਤਾ ਜਾਵੇ ਕਿਹਦੇ ਗੱਲ ਪਾਉਣਾ, ਤਾਂ ਮੈਂ ਤਾਂ ਅਮਨਦੀਪ ਇਸ ਵੇਲੇ ਜੋ ਜਿਹੜੇ ਲੀਡਰਾਂ ਵਿੱਚੋਂ ਲੀਡਰ ਉਹ ਹੈ ਸੁਖਪਾਲ ਖਹਿਰਾ।